ਇੱਥੇ ਕੀ ਹੋਇਆ ਜੀ ਤੁਹਾਨੂੰ? ਕੋਈ ਨਹੀਂ ਸਰ, ਅਸੀਂ ਆਪਦੀ ਸਾਈਡ ਆਉਂਦੇ ਪਏ, ਅਸੀਂ ਵਿੱਚੋਂ ਦੀ ਲੰਘਾਈ ਉਹਨਾਂ ਨੇ ਆਇਆਂ ਨੂੰ ਸਾਈਡ। ਕੀ ਚੀਜ਼ ਲੰਘਾਈ ਜੀ? ਐਕਟੀਵਾ ਸੀ। ਅੱਛਾ, ਤੁਸੀਂ ਕਾਦੇ ਚ ਵੱਜੇ ਫਿਰ? ਐਕਟੀਵਾ ਚ ਉਹਨਾਂ ਨੇ ਮਾਰੀ। ਨਹੀਂ, ਕੀ ਉਹ ਕਿਹੜੀ ਗੱਡੀ ਸੀਗੀ ਜਿਹੜੀ ਵੱਜੀ ਹੈ ਤੁਹਾਡੇ ਚ? ਐਕਟੀਵਾ ਹੀ ਸੀ ਉਹ ਵੀ ਸੀ। ਅੱਛਾ, ਕੌਣ ਸੀ ਉਹ ਭੱਜ ਗਏ ਫਿਰ? ਪਤਾ ਨਹੀਂ ਸਰ, ਸਾਨੂੰ ਤਾਂ ਬੇਹੋਸ਼ ਹੋ ਗਏ, ਸਾਨੂੰ ਪਤਾ ਨਹੀਂ ਸਰ ਆ ਗਏ ਸੀ ਸਾਡੇ। ਕੌਣ ਆਇਆ ਸੀਗਾ? ਸਰ ਆ ਗਏ ਸੀ ਗੱਡੀ ਪਿੱਛੇ ਸੀ ਸਾਡੇ। ਅੱਛਾ, ਕੌਣ ਲੈ ਕੇ ਕੌਣ ਆਇਆ ਸੀ? ਸਰ ਲੈ ਕੇ ਆਏ। ਅੱਛਾ, ਕਿਹੜੇ ਸਰ ਲੈ ਕੇ ਆਏ ਤੁਹਾਨੂੰ? ਸਰ ਸਭ ਨੇ ਸਰ ਲੈ ਕੇ ਆਏ। ਐਮਐਲਏ ਸਰ ਆਪਣੀ ਗੱਡੀ ਚ ਲੈ ਕੇ? ਆਪਣੀ ਗੱਡੀ ਚ ਲੈ ਕੇ ਆਏ। ਕਿਸ ਤਰ੍ਹਾਂ ਦੇ ਹਾਲਾਤ ਨੇ, ਕੌਣ ਨੇ ਜਿਹੜੇ ਨਾਲ ਪਏ? ਇਹ ਮੇਰੀ ਗੁੜੀਆ ਹੈ ਜੀ। ਅੱਛਾ, ਕੀ ਨਾਮ ਹੈ ਜੀ ਉਹਨਾਂ ਦਾ? ਸਿਮਰਨ। ਤੁਸੀਂ ਜਾ ਕਿੱਥੇ ਰਹੇ ਸੀ? ਅਸੀਂ ਆਉਂਦੇ ਪਏ ਸਰ ਚੋਈ ਕਰੋ। ਕਿਤੇ ਐਕਟਿਵਾ ਤੋਂ? ਐਕਟਿਵਾ ਤੋਂ ਆਉਂਦੇ। ਐਕਸੀਡੈਂਟ ਕਿੱਥੇ ਹੋਇਆ ਜੀ? ਅਤੇ ਕਲੰਦਰ ਕੋਲ ਦੂਰ ਹੋਇਆ। ਅੱਛਾ, ਕੁਝ ਵੱਜਿਆ ਕੀ ਹੈ? ਐਕਟਿਵਾ ਸਰ ਵੱਜੀ। ਕਿਉਂ ਨਹੀਂ ਪਤਾ ਲੱਗਿਆ ਜੀ? ਅੱਗੋਂ ਦੀ ਨਗਾਲ ਹੀ ਨਾਲ ਸਾਡੀ ਬੜੀ ਸਲੋ ਆ ਦੀ ਪਈ, ਸਿੱਖੋ ਵਾਰੀ ਉਹਨਾਂ ਨੇ ਆਇਆਂ ਨੂੰ ਫਾਰ ਦਿੱਤੀ। ਠੀਕ ਨੇ, ਤੁਸੀਂ ਠੀਕ ਹੋ? ਸਰ ਸੱਟਾ ਮੋਲ ਲੱਗੀਆਂ ਸਾਨੂੰ ਕੋਈ ਮੋਢਾ ਸਰ। ਤੁਸੀਂ ਕਿੱਥੋਂ ਦੇ ਰਹੇ ਹੋ? ਆਏ ਨਾ ਸਰ। ਕਿਹੜੇ ਮੱਲੇ ਦੇ? ਰਾਧਾ ਸੋਫੀ ਕੋਲੋਂ। पेशेंट आए थे, क्या मामला क्या था जी? पेशेंट, तीन पेशेंट आए हैं हमारे पास आरएस से, रोड ट्रैफिक एक्सीडेंट हुआ है इनका। तो एक जो पेशेंट है, सिमरन नाम है उनका, वो काफ़ी, उनके हेड इंजरी सीरियस है, वॉमिटिंग्स हो रही हैं उनको, लॉस ऑफ कॉन्शियसनेस भी प्रेजेंट है उनके। तो उसके लिए हमने उनको फरीदकोट सिटी स्कैन के लिए और न्यूरो सर्जन ओपिनियन के लिए रेफर किया है। जो साथ में उनके दो हैं पेशेंट्स, वो ठीक है, वो स्टेबल है, उनको कोई दिक्कत वाली, कोई खतरे वाली बात नहीं है। बस थोड़ा सिमरन का है, पर वो देखते हैं, अभी हमने रेफर किया तो वहाँ जाके पता। इनको लेकर कौन आया है जी? हाँ जी, इनको एमएलए सर लेके आए हैं यहाँ पे, वो उनको मिले थे रोड पे, वहाँ पे जो पेशेंट्स थे तो वो अपनी गाड़ी में उनको फिर लेके आए। कोई बताया कहाँ पर हादसा हुआ? नहीं, कलंदर्स वाली साइड पे कह रहे हैं कि वहाँ पे एक्सीडेंट हुआ है इनका ना। तो कह सकते हैं कि स्टेबल है दो, और एक की हालत? हाँ जी, दो स्टेबल है बिल्कुल, पर जो सिमरन पेशेंट है वो, उसकी थोड़ी हालत खराब है। बट देखते हैं वहाँ जाके, क्योंकि अभी सिटी स्कैन करवाएंगे और थोड़ा न्यूरो सर्जन ओपिनियन लेंगे, तो उसके बाद हमें पक्का पता चलेगा कि पेशेंट के एग्जैक्ट कंडीशन। ये कहाँ के रहने वाले जो सामने आए? ये पेशेंट राधा स्वामी कॉलोनी अपने फाजिलका में, यहीं से लोकल ही रहते हैं। मैं इधर लवदुका मंडी वाली साइड तो फाजिलका आ रहा सी, और जो फरोजपुर रोड से अपनी जी पीर बाबा जी की समाध है जी, उस तो थोड़ा जा के फाजिलका वाली साइड आने तो दो लेडीज़ और एक छोटा बच्चा जो सड़क पर डिगे सी, और अचानक जिमें सू पता लगे असी भी उधरों आ गए, तो सड़क पर एक लेडीज़ डिगी सी और तीन चार बंदे होर इन्हों आ के संभाल रहे थे, और ਉਦੋਂ ਯਕਦਮ ਹੀ ਅਸੀਂ ਉਧਰੋਂ ਆ ਗਏ, ਤਾਂ ਅਸੀਂ ਤਾਂ ਉੱਥੇ ਕੁਛ ਨਹੀਂ ਪੁੱਛਿਆ ਕਿਸੇ ਨੂੰ ਕੀ ਗੱਲ ਹੋ ਗਈ, ਉਹ ਨਾਲ ਦੀ ਨਾਲ ਹੀ ਇਹਨਾਂ ਨੂੰ ਉਠਾ ਕੇ ਗੱਡੀ ਦੇ ਵਿੱਚ, ਕੋਈ ਉੱਥੇ ਲੋਕ ਸੀ ਉਹਨਾਂ ਨੇ ਹੈਲਪ ਕੀਤੀ, ਸਾਡੇ ਜਿਹੜੇ ਨਾਲ ਸਾਥੀ ਸੀ ਉਹਨਾਂ ਹੈਲਪ ਕਰਕੇ ਮੇਰੀ ਆਪਦੀ ਗੱਡੀ 'ਚ ਇਹਨਾਂ ਨੂੰ ਲਿਟਾ ਕੇ ਸਿੱਧਾ ਹੋਸਪਿਟਲ ਪਹੁੰਚੇ ਔਰ ਆ ਕੇ ਇਹਨਾਂ ਨੇ ਇੱਥੇ ਇਲਾਜ ਕਰਾ। ਇਹ ਕਿਹਦੇ ਨਾਲ ਵੱਜੇ ਨੇ, ਕੀ ਕਿੱਦਾਂ ਇਹ ਹਾਦਸਾ ਕਿਵੇਂ ਵਾਪਰਿਆ ਜੀ? ਇਹ ਨਾਲ ਜਿਹੜੇ ਭੈਣ ਜੀ ਦੇ ਉਹ ਦੱਸ ਰਹੇ ਨੇ ਕਿ ਐਕਟਿਵਾ ਅੱਗੋਂ ਆ ਗਈ ਅਚਾਨਕ, ਐਕਟਿਵਾ ਦੇ ਵਿੱਚ ਇਹ ਵੀ ਐਕਟਿਵਾ 'ਤੇ ਸੀ, ਅੱਗੋਂ ਵੀ ਐਕਟਿਵਾ ਕੋਈ ਆ ਗਈ, ਉਹਦੇ ਵਿੱਚ ਵੱਜਣ ਕਾਰਨ ਜਿਹੜਾ ਸੜਕ ਦੇ ਵਿਚਕਾਰ ਡਿੱਗੇ ਸੀਗੇ, ਔਰ ਵਿਚਕਾਰ ਜੋ ਡਿੱਗੇ ਨੇ ਤਾਂ ਉੱਥੇ ਦੂਸਰੀ ਸਾਈਡ ਤੋਂ ਅਸੀਂ ਆ ਰਹੇ ਸੀ, ਔਰ ਇਹਨੂੰ ਉਠਾ ਕੇ ਅਤੇ ਹੋਸਪਿਟਲ ਲੈ ਕੇ ਆਏ ਹਾਂ। ਕਿਉਂਕਿ ਹੁਣ ਦੇਖਦੇ ਹਾਂ ਉੱਥੇ ਕਿਹਦੇ ਵਿੱਚ ਵੱਜੇ, ਕੌਣ ਹੈ, ਕਿੱਥੋਂ ਕਿੱਥੋਂ ਦੇ ਨੇ ਜੀ? ਰਾਧਾ ਸਵਾਮੀ ਕਲੋਨੀ ਫਾਜ਼ਿਲਕਾ ਸ਼ਹਿਰ ਦੇ ਵਿੱਚ ਗਲੀ ਨੰਬਰ 2 ਦੇ ਰਹਿਣ ਵਾਲੇ ਨੇ। ਇਹ ਦੱਸਿਆ ਜੀ ਕਿੱਥੋਂ ਆ ਰਹੇ ਸੀਗੇ? ਮੈਂ ਇੱਧਰੋਂ ਲਾਧੂਕਾ ਵਾਲੀ ਸਾਈਡ ਬੈਕ ਖਾਸ ਪਿੰਡ ਤੋਂ ਜਿਹੜਾ ਫਾਜ਼ਿਲਕਾ ਨੂੰ ਆ ਰਿਹਾ ਸੀ, ਔਰ ਦੇਖਿਆ ਤਾਂ ਐਕਸੀਡੈਂਟ ਹੋਇਆ ਮੇਰਾ ਰਸਤੇ 'ਚ। ਪਰਿਵਾਰ ਨੇ ਦੱਸਿਆ ਕਿ ਕਿੱਥੋਂ ਆ ਰਹੇ ਸੀਗੇ ਜੀ ਐਕਟਿਵਾ ਤੋਂ? ਇਹ ਮੈਂ ਜ਼ਿਆਦਾ ਪੁੱਛ ਗਿਛ। ਸੱਟਾਂ ਕਿੰਨੀਆਂ ਕੁ ਲੱਗੀਆਂ ਜੀ ਇਹਨਾਂ ਦੇ? ਇੱਕ ਲੜਕੀ ਜਿਹਦਾ ਨਾਮ ਸਿਮਰਨ ਹੈ, ਛੋਟੀ ਲੜਕੀ ਹੈ, 18 ਸਾਲ ਦੀ, 18 ਸਾਲ ਦੀ ਏਜ ਹੈ ਉਹਦੇ ਸਿਰ 'ਤੇ ਲੱਗੀ ਹੈ, ਔਰ ਨਾਲ ਇੱਕ ਛੋਟਾ ਬੱਚਾ ਹੈ ਉਹਦੇ ਥੋੜ੍ਹਾ ਜਿਹਾ ਜਿਵੇਂ ਲੱਤ 'ਤੇ ਚੋਟ ਲੱਗੀ, ਔਰ ਇੱਕ ਨਾਲ ਉਹਨਾਂ ਲੜਕੀ ਦੀ ਮਦਰ ਨੇ ਉਹਨਾਂ ਦੇ ਵੀ ਲੱਤ 'ਤੇ ਚੋਟ ਲੱਗੀ। ਕਿਹੜੇ ਰੈਫਰ ਕਰ ਰਹੇ ਸਰ? ਹਾਂ ਨਹੀਂ, ਹਜੇ ਇੱਕ ਵਾਰੀ ਇੱਥੇ ਇਲਾਜ ਕਰ ਰਹੇ ਨੇ, ਜੇ ਜ਼ਰੂਰਤ ਪਈ ਕੋਈ ਜ਼ਿਆਦਾ ਤਾਂ ਫਿਰ ਡਾਕਟਰਸ ਜਿਵੇਂ ਡਿਸੀਜ਼ਨ ਲੈਣਗੇ ਉਹਨੇ। ਸਭ ਨੇ ਕਿਸ ਤਰ੍ਹਾਂ ਦੇਖਦੇ ਇਸ ਸੜਕੀ ਹਾਦਸਿਆਂ ਨੂੰ, ਕਿਉਂਕਿ ਲਗਾਤਾਰ ਦੇਖਦੇ ਹਾਂ ਕਿ ਇਸ ਤਰ੍ਹਾਂ ਜਾਨਾਂ ਜਾਂਦੀਆਂ ਨੇ, ਅਤੇ ਕਿਸ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ ਲੋਕਾਂ ਨੂੰ? ਲੋਕ ਜਦੋਂ ਉੱਥੇ ਐਕਸੀਡੈਂਟ ਹੋਇਆ ਤਾਂ 4-5 ਜਣੇ ਲੋਕ ਆਸ ਪਾਸ ਦੇ ਉੱਥੇ ਰੁਕ ਗਏ, ਉਹ ਵੀ ਇਹਨੂੰ ਸੰਭਾਲ ਰਹੇ ਸੀ ਇਹਨਾਂ ਨੂੰ, ਔਰ ਅਸੀਂ ਵੀ ਪਹੁੰਚ ਗਏ। ਚੰਗੀ ਗੱਲ ਹੈ ਲੋਕਾਂ ਨੇ ਰੁਕ ਕੇ ਇਹਨਾਂ ਨੂੰ ਉੱਥੇ ਜਦੋਂ ਦੇਖੇ ਐਕਸੀਡੈਂਟ ਹੋਏ ਤਾਂ ਉੱਠ ਕੇ ਉਹਨਾਂ ਨੇ ਰੋਕ ਕੇ ਆਪਦੇ ਵਹੀਕਲ
इन्हां कोल आए समाड़न दी, उन्होंने भी कोशिश की। और मैं बेनती करांगा सारिआं नूं, जो एक्सीडेंट हुंदा है कोई अचानक हो जांदा, कोई जान के नहीं करता, पर उस तों बाद जे कोई घटना हुंदी है तां आपां सारिआं नूं हैल्प करनी चाहीदी है।